हेलो एवरीवन वेलकम और वेलकम बैक टू माय चैनल बीएस सेमेस्टर 1 पब्लिक एडमिनिस्ट्रेशन ਦੇ ਵੀਡੀਓਜ਼ ਲੈ ਕੇ ਮੈਂ ਹਾਜ਼ਰ ਹਾਂ ਕਮਿਊਨੀਕੇਸ਼ਨ ਅੱਜ ਆਪਣਾ ਟੌਪਿਕ ਹੈ ਬਹੁਤ ਹੀ ਇੰਟਰਸਟਿੰਗ ਅਤੇ ਇੰਪੋਰਟੈਂਟ ਵੀਡੀਓ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਟੈਲੀਗ੍ਰਾਮ ਚੈਨਲ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਬਹੁਤ ਸਾਰੀਆਂ ਪੀਡੀਐਫਸ ਅਪਡੇਟਸ ਮੈਂ ਉੱਥੇ ਪਾਉਂਦੀ ਰਹਿੰਨੀ ਹਾਂ ਸਟਾਰਟ ਕਰਦੇ ਹਾਂ ਅਸਦਾ ਵੀਡੀਓ ਸੋ ਸੰਚਾਰ ਦਾ ਅਰਥ ਹੈ ਕੋਈ ਜਾਣਕਾਰੀ ਦੂਜੀ ਜਗ੍ਹਾ ਤੇ ਇੱਕ ਤੋਂ ਦੂਜੀ ਥਾਂ ਤੇ ਪਹੁੰਚਾਣੀ ਸੋ ਕੋਈ ਵੀ ਸੰਗਠਨ ਜਿਵੇਂ ਆਪਾਂ ਲੋਕ ਪ੍ਰਸ਼ਾਸਨ ਚ ਪੜ ਰਹੇ ਆਂ ਕਿ ਕੋਈ ਵੀ ਸੰਗਠਨ ਹੈਗਾ ਇਹ ਤਤਕਰ ਸਫਲ ਹੋ ਸਕਦਾ ਹੈ ਜੇ ਇਹਦੇ ਵਿੱਚ ਕੀ ਹੋਏਗਾ ਕਮਿਊਨੀਕੇਸ਼ਨ ਠੀਕ ਹੈ ਇੱਕ ਜਾਣਕਾਰੀ ਜਿਹੜੀ ਹੈਗੀ ਆ ਬਾਕੀ ਪਾਰਟ ਚ ਪਹੁੰਚਾਈ ਜਾਂਦੀ ਹੈ ਸੋ ਹੋਂਦ ਨੂੰ ਬਣਾ ਕੇ ਰੱਖਣ ਲਈ ਸੰਗਠਨ ਦੀ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਸੰਗਠਨ ਹੈਗਾ ਉਹ ਸੰਚਾਰ ਦੇ ਮਾਧਿਅਮ ਦੇ ਨਾਲ ਯੂਨਿਟ ਉਪ ਯੂਨਿਟਾਂ ਸ਼ਖਾਵਾਂ ਦੇ ਵਿੱਚ ਵੰਡਿਆ ਜਾਂਦਾ ਸੋ ਇਹ ਜਾਣਕਾਰੀਆਂ ਮਤਲਬ ਕਿ ਨਾਲੋਂ ਨਾਲ ਹੁਣ ਦੇਖੋ ਉਪਰੋਂ ਕੋਈ ਅਗਰ ਆਰਡਰ ਮਿਲਿਆ ਹੈ ਤਾਂ ਨਾਲ ਦੀ ਨਾਲ ਜਿਹੜੇ ਹੈ ਅੱਗੇ ਕਮਿਊਨੀਕੇਟ ਸਾਨੂੰ ਕਰਨਾ ਪੈਂਦਾ ਹੈ ਹੈਨਾ ਸੋ ਇਹ ਜਿਹੜੀ ਚੀਜ਼ ਹੈਗੀ ਬਹੁਤ ਜ਼ਰੂਰੀ ਹੈ ਬਹੁਤ ਹੀ ਪ੍ਰਭਾਵਸ਼ਾਲੀ ਜਿਹੜੀ ਹੈਗੀ ਹੈ ਕਿਰਿਆ ਹੈਗੀ ਹੈ ਜਿਹੜੀ ਯੋਜਨਾਬੱਧ ਤਰੀਕੇ ਦੇ ਨਾਲ ਚਲਦੀ ਹੈ ਹੁਣ ਜੇ ਆਪਾਂ ਗੱਲ ਕਰੀਏ ਕਿ ਇਹ ਸ਼ਬਦ ਕਿੱਥੋਂ ਉਤਪਨ ਹੋਇਆ ਹੈ ਤਾਂ ਲਾਤੀਨੀ ਭਾਸ਼ਾ ਦੇ ਸ਼ਬਦ ਕਮਿਊਨਿਸਟ ਤੋਂ ਉਤਪਨ ਹੋਇਆ ਹੈ ਕਮਿਊਨਿਸਟ ਤੋਂ ਕਮਿਊਨੀਕੇਸ਼ਨ ਬਣਿਆ ਠੀਕ ਹੈ ਕਮਿਊਨੀਕੇਸ਼ਨ ਦਾ ਪੰਜਾਬੀ ਚ ਅਨੁਵਾਦ ਸੰਚਾਰ ਬਣਿਆ ਤਾਂ ਕਮਿਊਨੀਕੇਸ਼ਨ ਦਾ ਕੀ ਅਰਥ ਹੈ ਆਪਸ ਦੇ ਵਿੱਚ ਵਿਚਾਰਾਂ ਦਾ ਆਦਾਨ-ਪ੍ਰਦਾਨ ਫਾਈਨ ਹੈ ਉਸ ਤੋਂ ਬਾਅਦ ਜੇ ਸੰਚਾਰ ਦੇ ਬਹੁਤ ਸਾਰੇ ਅਰਥ ਨੇ ਸੋ ਇੱਕ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਜਾਂ ਇੱਕ ਥਾਂ ਤੋਂ ਦੂਜੀ ਥਾਂ ਤੱਕ ਸੂਚਨਾ ਪਹੁੰਚਾਣਾ ਵੱਖ-ਵੱਖ ਸਾਧਨਾਂ ਦੇ ਰਾਹੀਂ ਪਹੁੰਚਾਣਾ ਥੈਟ ਇਜ਼ ਕਮਿਊਨੀਕੇਸ਼ਨ ਸੋ ਡੈਂਸ ਅਤੇ ਲਾਰਸ ਨੇ ਇਹ ਪਰਿਭਾਸ਼ਾਵਾਂ ਨੇ ਡੈਂਸ ਅਤੇ ਲਾਰਸਨ ਕਹਿੰਦੇ ਨੇ ਕਿ ਸੰਚਾਰ ਦੀ ਕੋਈ ਵੀ ਇੱਕ ਠੀਕ ਪਰਿਭਾਸ਼ਾ ਜਿਹੜੀ ਬਹੁਤ ਕਠਿਨ ਹੈ ਸੰਚਾਰ ਦਾ ਕੀ ਅਰਥ ਹੈ ਇੱਕ ਸੰਦੇਸ਼ ਦਾ ਪ੍ਰਸਾਰ ਪ੍ਰਾਪਤੀ ਕੀ ਅਰਥ ਨਿਰਨੇ ਅਤੇ ਉਸ ਨੂੰ ਸਮਝਣ ਤੋਂ ਹੈ ਜਿਹੜੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਮਨੁੱਖੀ ਕੰਮਾਂ ਨੂੰ ਟੀਚਿਆਂ ਵੱਲ ਪ੍ਰਾਪਤੀ ਵੱਲ ਲਿਜਾਣ ਲਈ ਸੰਭਾਵਨਾ ਨੂੰ ਵਧਾਉਂਦੀ ਹੈ ਅਤੇ ਸੰਗਠਨ ਨੂੰ ਪ੍ਰਭਾਵਸ਼ਾਲੀ ਬਣਾਉਂਦੀ ਹੈ ਸੋ ਦੋ ਜਾਂ ਤਿੰਨ ਆਪਾਂ ਡੈਫੀਨੇਸ਼ਨਸ ਕਰਨੀਆਂ ਅਮਰੀਕਨ ਸੋਸਾਇਟੀ ਵਾਲੀ ਜਿਹੜੀ ਹੈਗੀ ਡੈਫੀਨੇਸ਼ਨ ਹੈ ਉਹ ਕਹ ਰਹੇ ਨੇ ਕਹਿੰਦੇ ਸੰਚਾਰ ਜਿਹੜਾ ਹੈਗਾ ਵਿਵਹਾਰਾਂ ਜਾਂ ਸੂਚਨਾਵਾਂ ਦਾ ਵਟਾਂਦਰਾ ਜਿਸ ਨਾਲ ਸੰਗਠਨ ਵਿੱਚ ਆਪਸੀ ਸਮਝ ਤੇ ਵਿਸ਼ਵਾਸ ਅਤੇ ਚੰਗੇ ਮਾਨਵੀ ਸੰਬੰਧ ਪੈਦਾ ਕੀਤੇ ਜਾਂਦੇ ਨੇ ਸਾਈਮਨ ਕਹਿੰਦੇ ਨੇ ਕਹਿੰਦੇ ਸੰਚਾਰ ਜਿਹੜਾ ਹੈ ਉਪਚਾਰ ਉਪਚਾਰਕ ਰੂਪ ਦੇ ਵਿੱਚ ਕੋਈ ਵੀ ਪ੍ਰਕਿਰਿਆ ਜਿਸ ਦੇ ਨਾਲ ਸੰਗਠਨ ਦੇ ਇੱਕ ਮੈਂਬਰ ਤੋਂ ਦੂਜੇ ਨੂੰ ਨਿਰਣੇ ਦੇ ਖੇਤਰਾਂ ਦੇ ਰੂਪ ਚ ਸੰਦੇਸ਼ ਜਿਹੜਾ ਹੈ ਭੇਜਿਆ ਜਾਂਦਾ ਤਾਂ ਆਪਾਂ ਦੋ ਜਾਂ ਤਿੰਨ ਡੈਫੀਨੇਸ਼ਨਸ ਕਰਾਂਗੇ ਉਸ ਤੋਂ ਬਾਅਦ ਆਪਾਂ ਕਰਾਂਗੇ ਕਿ ਇਹ ਲਾਈਨਸ ਇਹ ਕੰਮ ਕਿਤਾ ਕਰਦਾ ਫਾਰਮਲ ਅਤੇ ਇਨਫੋਰਮਲ ਸੰਚਾਰ ਜਿਹੜਾ ਹੈ ਉਹ ਮਾਧਿਅਮ ਹੈ ਜਿਹੜਾ ਇੱਕ ਤੋਂ ਦੂਜੇ ਵਿਅਕਤੀ ਨੂੰ ਵਿਧੀਵਾਰਬਕ ਢੰਗ ਦੇ ਨਾਲ ਜਾਣਕਾਰੀ ਦਿੰਦਾ ਹੈ ਰਸਮੀ ਗੈਰ ਰਸਮੀ ਦੋਨਾਂ ਤਰੀਕਿਆਂ ਨਾਲ ਹੋ ਸਕਦਾ ਹੈ ਸੋ ਰਸਮੀ ਦੇ ਵਿੱਚ ਕੀ ਹੁੰਦਾ ਹੈ ਕਿ ਬਹੁਤ ਹੀ ਜ਼ਿਆਦਾ ਫਾਰਮਲ ਤਰੀਕੇ ਦੇ ਨਾਲ ਠੀਕ ਹੈ ਸੋ ਇਹ ਜਿਹੜਾ ਮਾਧਿਅਮ ਹੈ ਜਿਸ 'ਚ ਸੰਚਾਰ ਦੇ ਢੰਗ ਨਿਸ਼ਚਿਤ ਕੀਤੇ ਹੁੰਦੇ ਨੇ ਸਮੇਂ ਸਿਰ ਠੀਕ ਥਾਵਾਂ ਤੇ ਉਚਿਤ ਜਾਣਕਾਰੀ ਜਿਹੜੀ ਹੈ ਪਹੁੰਚਾਉਣ ਦੇ ਯਕੀਨੀ ਜਿਹੜੇ ਹਨ ਅ ਕੌਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਇੱਕ ਤਰਫੀ ਜਾਂ ਬਹੁ ਤਰਫੀ ਹੋ ਸਕਦੀ ਹੈ ਪੌਣੀ ਵਿਵਸਥਾ ਦੇ ਸਿਨਾਂ ਅੰਤਿਧਾਰਤ ਹੈ ਪੌਣੀ ਮਤਲਬ ਪੂਰੇ ਹਾਰਾਰਕੀ ਦੇ ਵਿੱਚ ਚੱਲਦਾ ਹੈ ਪੂਰੇ ਐਨ ਅਪਰੂਵਡ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਬਿਨਾ ਕਿਸੇ ਢਿੱਲ ਦੇਰੀ ਦੇ ਹੈ ਕਮਿਊਨੀਕੇਸ਼ਨ ਕੀਤਾ ਜਾਂਦਾ ਹੈ ਪ੍ਰੋਪਰ ਚੈਨਲ ਦੇ ਥਰੂ ਠੀਕ ਹੈ ਜੀ ਇੱਥੇ ਪ੍ਰੋਪਰ ਚੈਨਲ ਹੈ ਮਤਲਬ ਪ੍ਰੋਪਰ ਚੈਨਲ ਦੇ ਥਰੂ ਕੀਤਾ ਜਾਂਦਾ ਹੈ ਐਦਾਂ ਨਹੀਂ ਹੈ ਕਿ ਜਾਣਕਾਰੀ ਜਿਹੜੀ ਹੈਗੀ ਹੈ ਲਾਈਟਲੀ ਦੇਤੀ ਕਮਿਊਨੀਕੇਟ ਹੋਵੇ ਜਾਂ ਨਾ ਹੋਵੇ ਨਹੀਂ ਬਹੁਤ ਹੀ ਤਰੀਕੇ ਦੇ ਨਾਲ ਸੋ ਯੋਗ ਪ੍ਰਕਿਰਿਆ ਦੇ ਦੌਰਾਨ ਲੋਡਿੰਗ ਦੀ ਸੂਚਨਾ ਦਾ ਸੰਚਾਰ ਸੁਨਿਸ਼ਚਿਤ ਕਰਦੀ ਹੈ ਅਤੇ ਸੀਮਤ ਢੰਗ ਦੀ ਹੋਣ ਕਰਕੇ ਇਹ ਕੰਮ ਵਿੱਚ ਦੇਰੀ ਕਰ ਸਕਦੀ ਹੈ ਜਾਂ ਕਠਿਨਾਈ ਪੈਦਾ ਕਰ ਸਕਦੀ ਹੈ ਸੰਚਾਰ ਦੀ ਬਹੁਮੁਖੀ ਵਿਵਸਥਾ ਦੁਆਰਾ ਇੱਕ ਉਹਦੇ ਨੂੰ ਸੰਗਠਨ ਦੇ ਬਾਕੀ ਅਹੁਦਿਆਂ ਦੇ ਨਾਲ ਵੀ ਜਿਹੜਾ ਹੈ ਸੰਬੰਧਿਤ ਕਰਕੇ ਸਮੱਸਿਆ ਦਾ ਸਮਾਧਾਨ ਜਿਹੜਾ ਹੈ ਕੀਤਾ ਜਾਂਦਾ ਹੈ ਰਸਮੀ ਹੁੰਦੀ ਹੈ ਇਹ ਬਿਲਕੁਲ ਪ੍ਰੋਪਰ ਵੇ ਦੇ ਨਾਲ ਚੱਲਦੀ ਹੈ ਪਰ ਟਾਈਮ ਜਿਹੜਾ ਹੈ ਲੱਗ ਸਕਦਾ ਕਿਉਂਕਿ ਕਾਫੀ ਸਾਰੇ ਹਾਰਾਰਕੀ ਦੇ ਵਿੱਚੋਂ ਇਹਨੂੰ ਨਿਕਲਣਾ ਪੈਂਦਾ ਹੈ ਗੈਰ ਰਸਮੀ ਹੈ ਜਿਹੜੀ ਸੰਗਠਨ ਵਿਅਕਤੀਆਂ ਦੁਆਰਾ ਬਣੇ ਹੁੰਦੇ ਨੇ ਅਤੇ ਗੈਰ ਰਸਮੀ ਤੌਰ ਤੇ ਸੰਪਰਕ ਕਰਦੇ ਨੇ ਸੰਚਾਰ ਪ੍ਰਕਿਰਿਆ ਆਪ ਹੀ ਹੋ ਜਾਂਦੀ ਹੈ ਸੋ ਜਿਵੇਂ ਅਮਰੀਕਾ ਦੇ ਸਿਵਲ ਯੁੱਧ ਦੇ ਦੌਰਾਨ ਜਾਸੂਸੀ ਟੈਲੀਫੋਨ ਦੀਆਂ ਤਾਰਾਂ ਅੰਗੂਰਾਂ ਦੀ ਵੇਲ ਦੀਆਂ ਦਰਖਤਾਂ ਵਰਗੇ ਤੇ ਲਟਕਾਈਆਂ ਗਿਆ ਸੀ ਤੇ ਤਾਂ ਕਰਕੇ ਸੰਦੇਸ਼ ਪੁੱਜਣ ਤੱਕ ਸੰਦੇਸ਼ ਦਾ ਮੰਤਵ ਉਲਟਾ ਹੁੰਦਾ ਸੀ ਤਾਂ ਇਹ ਜਿਹੜੀ ਗੈਰ ਫਾਰਮਲ ਹੁੰਦੀ ਹੈ ਇਹ ਸੰਪਰਕ ਜਿਹੜਾ ਹੈਗਾ ਥੋੜਾ ਜਿਹਾ ਘੱਟ ਹੁੰਦਾ ਬਹੁਮੁਖੀ ਹੁੰਦਾ ਹੈ ਪਰ ਅਰਥਾਤ ਸੰਗਠਨ ਦੇ ਬਹੁਤ ਸਾਰੇ ਮੈਂਬਰਾਂ ਨੂੰ ਜਾਣਨ ਵਾਲਾ ਵਿਅਕਤੀ ਹਰੇਕ ਦਿਨਾਂ ਸਿੱਧਾ ਸੰਪਰਕ ਕਰਦਾ ਹੈ ਇਹ ਫੁਰਤੀਲੀ ਹੁੰਦੀ ਹੈ ਤੇਜ਼ੀ ਨਾਲ ਹੁੰਦੀ ਹੈ ਕਾਫੀ ਪ੍ਰਭਾਵਸ਼ਾਲੀ ਹੁੰਦੀ ਹੈ ਅਤੇ ਸਮਾਜਿਕ ਸੰਤੁਸ਼ਟਾ ਵਾਲੀ ਹੁੰਦੀ ਹੈ ਹੁਣ ਦੇਖੋ ਰਸਮੀ ਦੇ ਵਿੱਚ ਤਾਂ ਕਾਫੀ ਸਾਰੇ ਪੜਾਵਾਂ ਤੋਂ ਨਿਕਲਦੀ ਹੈ ਕਮਿਊਨੀਕੇਸ਼ਨ ਲੇਕਿਨ ਇਹ ਜਿਹੜੀ ਹੈਗੀ ਹੈ ਕਿਉਂਕਿ ਇਹ ਬਿਲਕੁਲ ਡਾਇਰੈਕਟ ਤੌਰ ਦੇ ਉੱਤੇ ਪਹੁੰਚ ਜਾਂਦੀ ਹੈਗੀ ਹੈ ਅਤੇ ਇੱਕ ਬੰਦਾ ਹੀ ਜਿਹੜਾ ਹੈ ਸਭ ਨੂੰ ਲਾਈਕ ਇੱਕ ਨੂੰ ਕਿਹਾ ਉਹ ਸਭ ਨੂੰ ਜਿਹੜਾ ਹੈ ਕਮਿਊਨੀਕੇਟ ਅੱਗੇ ਕਰ ਦਿੰਦਾ ਹੈ ਤੋ ਗੈਰ ਰਸਮੀ ਹੁੰਦੀ ਹੈ ਇਹਦੇ ਵਿੱਚ ਕੋਈ ਫਾਰਮੈਲਟੀ ਨਹੀਂ ਹੁੰਦੀ ਤੇ ਮਨੁੱਖ ਦਾ ਜਿਹੜਾ ਸੁਵਾ ਹੁੰਦਾ ਹੈ ਕਈ ਵਾਰ ਜਿਹੜਾ ਹੈ ਇਹ ਗਲਤ ਨਤੀਜੇ ਵੀ ਦੇ ਨਿਕਲੇ ਆਉਂਦੇ ਨੇ ਡਾਈਮੈਂਸ਼ਨਸ ਆਫ ਕਮਿਊਨੀਕੇਸ਼ਨ ਹੇਠਾਂ ਵੱਲ ਸੰਚਾਰ ਇੱਕ ਤਾਂ ਇਹਦਾ ਹੇਠਾਂ ਵੱਲ ਸੰਚਾਰ ਹੈ ਇੱਕ ਉੱਪਰ ਵੱਲ ਸੰਚਾਰ ਹੈ ਇੱਕ ਜਿਹੜਾ ਹੈਗਾ ਇਹਦਾ ਹਾਰੀਜ਼ੋਂਟਲ ਬਰਾਬਰ ਵੇ ਤੇ ਨਾਲ ਹੇਠਾਂ ਵੱਲ ਦੇ ਵਿੱਚ ਕੀ ਹੁੰਦਾ ਜਦੋਂ نیچے ਜਿਹੜੀ ਹੈਗਾ ਆਪਣੇ ਤੋਂ نیچے ਵਾਲਿਆਂ ਨੂੰ ਜਿਹੜੇ ਹੈਗੇ ਇਨਸਟਰਕਸ਼ਨ ਦਿੱਤੇ ਜਾਂਦੀਆਂ ਦੇ ਹੁਕਮ ਸੁਝਾਅ ਸਲਾਹ ਨਿਰਦੇਸ਼ ਇਹਦੇ ਵਿੱਚ ਕੀ ਹੁੰਦਾ ਉਦੇਸ਼ ਟੀਚੇ ਯੋਜਨਾਵਾਂ ਨੀਤੀਆਂ ਨਿਯਮਾਂ ਅਧਿਨਿਯਮਾਂ ਨਾਲ ਸੰਬੰਧਿਤ ਹੁੰਦਾ ਸੋ ਇਹ ਜਿਹੜਾ ਹੈ ਹੇਠਲੇ ਪੱਧਰ ਦੇ ਕਰਮਚਾਰੀਆਂ ਦੁਆਰਾ ਇੱਜ਼ਤ ਕੀਤੀ ਜਾਂਦੀ ਹੈ ਤੇ ਮੰਨ ਲਏ ਜਾਂਦੇ ਨੇ ਮਤਲਬ ਕਿ ਇਹ ਨੀਚਲੇ ਪੱਧਰ ਦੇ ਲੋਕਾਂ ਨੂੰ ਜਿਹੜਾ ਹੈ ਜਿਹੜੀ ਕਮਿਊਨੀਕੇਸ਼ਨ ਦਿੱਤੀ ਜਾਂਦੀ ਹੈ ਉੱਪਰਲੇ ਪੱਧਰ ਵਾਲੇ ਨੀਚਲੇ ਪੱਧਰ ਨੂੰ ਦਿੰਦੇ ਆਂ ਉੱਪਰ ਵਾਲੇ ਸੰਚਾਰ ਕਿਹੜੇ ਹੁੰਦੇ ਨੇ ਇਹਦੇ ਵਿੱਚ ਸਲਾਮ ਮਸ਼ਫਰੇ ਵਗੈਰਾ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਕਿਸੇ ਚੀਜ਼ ਲਈ ਬੇਨਤੀ ਕੀਤੀ ਜਾਂਦੀ ਹੈ ਤੇ ਉੱਪਰ ਵਾਲੇ ਲੋਕਾਂ ਨੂੰ ਨੀਚੇ ਵਾਲੇ ਲੋਕ ਜਿਹੜੇ ਹੈਗੇ ਕਮਿਊਨੀਕੇਸ਼ਨ ਦਿੰਦੇ ਨੇ ਕਿ ਇਹ ਚੀਜ਼ ਕਰੋਗੇ ਤਾਂ ਐਦਾਂ ਹੋ ਜਾ ਸੋ ਜਿਵੇਂ ਹੜਤਾਲ ਰਹੀ ਮੈਨੇਜਮੈਂਟ ਤੋਂ ਮੰਗਾ ਮੰਨਣ ਦਾ ਸਿਸਟਮ ਕੀਤਾ ਹੁੰਦਾ ਹੈ ਸੋ ਇਹ ਉੱਪਰ ਵੱਲੋਂ ਚੱਲਦਾ ਹੈ ਬਰਾਬਰ ਦਾ ਮਤਲਬ ਹੈ ਇਹ ਪੌੜੀ ਵਿਵਸਥਾ ਉਹ ਹੈਗੀ ਹੈ ਜਿਹੜੀ ਇੱਕੋ ਹਉਤੇ ਜਾਂ ਦਰਜੇ ਦੇ ਅਧਿਕਾਰੀਆਂ ਦੇ ਦੌਰਾਨ ਕੀਤੀ ਜਾਂਦੀ ਹੈ ਵੱਖ-ਵੱਖ ਵਿਭਾਗ ਹੁੰਦੇ ਨੇ ਇੱਕ ਦੂਜੇ ਤੇ ਨਿਰਭਰ ਹੁੰਦੇ ਨੇ ਠੀਕ ਹੈ ਜਿਵੇਂ ਅਮਲਾ ਵਿਭਾਗ ਵਿੱਤੀ ਵਿਭਾਗ ਮਾਰਕੀਟਿੰਗ ਵਿਭਾਗ ਇਹ ਸਾਰੇ ਬਰਾਬਰ ਦੇ ਜਿਹੜੇ ਹੁੰਦੇ ਨੇ ਵਿਭਾਗ ਉਹ ਇੱਕ ਦੂਜੇ ਨਾਲ ਜਿਹੜਾ ਕਮਿਊਨੀਕੇਸ਼ਨ ਕਰਦੇ ਨੇ ਉਸ ਨੂੰ ਆਪਾਂ ਕਹਿੰਦੇ ਹਾਂ ਉਸ ਤੋਂ ਵਾਚੇਗਾ ਕਿਹੜੇ ਕਿਹੜੇ ਟੰਗ ਯੂਜ਼ ਕੀਤੇ ਜਾਂਦੇ ਨੇ ਟੈਕਨੀਕਸ ਤੇ ਮੈਥਡਸ ਬਹੁਤ ਹੀ ਇੰਪੋਰਟੈਂਟ ਹੈ ਹਮੇਸ਼ਾ ਪੇਪਰ ਚ ਪੁੱਛੇ ਜਾਂਦੇ ਨੇ ਕਿ ਮੈਥਡਸ ਆਫ ਜਾਂ ਫਿਰ ਟੈਕਨੀਕਸ ਆਫ ਕਮਿਊਨੀਕੇਸ਼ਨ ਦੱਸੋ ਇੱਕ ਤਾਂ ਹੁੰਦਾ ਮੌਖਿਕ ਠੀਕ ਹੈ ਮੌਖਿਕ ਮਤਲਬ ਕਿ ਆਪਾਂ ਜਵਾਨੀ ਤੌਰ ਦੇ ਉੱਤੇ ਕੁਝ ਚਿੰਨ ਵਗੈਰਾ ਲਗਾ ਕੇ ਜਿਹੜਾ ਕਮਿਊਨੀਕੇਸ਼ਨ ਕਰਦੇ ਹਾਂ ਸੋ ਜ਼ਬਾਨੀ ਦਾ ਮਤਲਬ ਕੀ ਹੋ ਗਿਆ ਭੇਜਣ ਵਾਲੇ ਤੇ ਪ੍ਰਾਪਤ ਕਰਨ ਵਾਲੇ ਦਰਮਿਆਨ ਜਿਹੜਾ ਹੈ ਮਸ਼ੀਨੀ ਜਾਂ ਇਲੈਕਟ੍ਰੋਨਿਕ ਯੰਤਰਾਂ ਦੇ ਰਾਹੀਂ ਹੋ ਜਵੇ ਇੱਕ ਦੂਜੇ ਦੀਆਂ ਪਾਵਨਾ ਵਿਚਾਰ ਖਿਆਲਤ ਸਮੱਸਿਆਵਾਂ ਦਾਦਾਨ ਪ੍ਰਦਾਨ ਜਿਹੜਾ ਹੈ ਇਹਦੇ ਨਾਲ ਸਹੀ ਤਰੀਕੇ ਨਾਲ ਹੁੰਦਾ ਸੋ ਸੰਦੇਸ਼ ਜਿਹੜੇ ਹਨ ਜੋੜੇ ਤੋੜੇ ਮਰੋੜੇ ਘਟ ਜਾਂਦੇ ਨੇ ਇੱਕ ਗਤੀਸ਼ੀਲ ਮਾਧਿਅਮ ਹੈ ਆਧੁਨਿਕ ਜਿਹੜਾ ਹੈ ਯੁੱਗ 'ਚ ਇਹੀ ਔਰਲ ਜਿਹੜਾ ਹੈ ਜ਼ਬਾਨੀ ਸੰਚਾਰ ਜ਼ਿਆਦਾ ਯੂਜ਼ ਕੀਤਾ ਜਾਂਦਾ ਲਿਖਤੀ ਜਿਹੜਾ ਹੈ ਅਸੀਂ ਲਿਖਤੀ ਤੌਰ ਤੇ ਕਿਸੇ ਨੂੰ ਲਿਖ ਕੇ ਕੁਝ ਕਰ ਦਿਆ ਨਾ ਸੋ ਲਾਈਕ ਲੈਟਰ ਦੇਖ ਕੇ ਪੁਸਤਕਾਂ ਦੇਖ ਕੇ ਮੈਨੂਅਲ ਦੇਖ ਕੇ ਅਖਬਾਰਾਂ ਰਾਈ ਰਸਾਲਿਆਂ ਰਾਈ ਤਾਂ ਇਹ ਜਿਹੜਾ ਹੈ ਰਿਟਰਨ ਡੋਰ ਦੇ ਉੱਤੇ ਜਿਹੜਾ ਹੈ ਸੰਦੇਸ਼ ਪਹੁੰਚਾਇਆ ਜਾਂਦਾ ਹੈਗਾ ਕਈ ਵਾਰ ਜਿਹੜਾ ਹੈ ਸੰਦੇਸ਼ ਦੇ ਰਿਜ਼ਲਟਸ ਜਿਹੜੇ ਹੈਗੇ ਨਹੀਂ ਕਿਉਂਕਿ ਉਲਟੇ ਵੀ ਨਿਕਲ ਸਕਦੇ ਕਿਉਂਕਿ ਕਈ ਵਾਰ ਸਮਝ ਨਹੀਂ ਆਉਂਦਾ ਰਿਟਰਨ ਚ ਕੀ ਲਿਖਿਆ ਹੈਗਾ ਸੋ ਅਸਪਸ਼ਟ ਗਲਤ ਨਤੀਜੇ ਨਿਕਲ ਜਾਂਦੇ ਨੇ ਅਮੌਖਿਕ ਹੈਗਾ ਹੈ ਕਿ ਜਿਹਦੇ ਵਿੱਚ ਮਨੁੱਖੀ ਪ੍ਰਤਿਕਿਰਿਆਵਾਂ ਜਿਹੜੀਆਂ ਉਹ ਸਮਝੇ ਬਿਗੈਰ ਇਸ਼ਾਰਿਆਂ ਜਾਂ ਹਾਪ-ਪਾਪ ਦੇ ਨਾਲ ਜਿਹੜਾ ਸੰਦੇਸ਼ ਪਸਾਰ ਕੀਤਾ ਜਾਂਦਾ ਹੈਗਾ ਅਮੌਖਿਕ ਸੰਚਾਰ ਦਾ ਵਧੇਰੇ ਜਾਣਿਆ ਪਛਾਣਿਆ ਰੂਪ ਹੈ ਜਿਸਮ ਦੀ ਭਾਸ਼ਾ ਅਰਥਾਤ ਉਂਗਲਾਂ ਸੋ ਇਹ ਸਿੰਬੋਲਿਕ ਲੈਂਗੁਏਜ ਹੁੰਦਾ ਹੈਗਾ ਅੱਖਾਂ ਦੇ ਇਸ਼ਾਰਿਆਂ ਦੇ ਨਾਲ ਹਨਾ ਤੇ ਹੱਥ ਹਿਲਾ ਕੇ ਸੋ ਐਦਾਂ ਜਿਹੜਾ ਹੈ ਪ੍ਰਕਟਾ ਕਰਕੇ ਸਿੰਬल्स ਦੇ ਨਾਲ ਜਿਹੜਾ ਹੈ ਇਹ ਸੰਚਾਰ ਕੀਤਾ ਜਾਂਦਾ ਉਸ ਤੋਂ ਬਾਅਦ ਚ ਸੰਚਾਰ ਦੀ ਪ੍ਰਕਿਰਿਆ ਸੰਚਾਰ ਦੀ ਪ੍ਰਕਿਰਿਆ ਕਿਹੜੇ-ਕਿਹੜੇ ਸਟੈਪਸ ਦੇ ਵਿੱਚੋਂ ਨਿਕਲਦੀ ਹੈ ਸਭ ਤੋਂ ਪਹਿਲਾਂ ਕਿ ਸੰਦੇਸ਼ ਭੇਜਣ ਵਾਲੇ ਦੇ ਅੰਦਰ ਵਿਚਾਰ ਆਉਂਦਾ ਹੈ ਫਿਰ ਉਸ ਤੋਂ ਬਾਅਦ ਚਾ ਉਹ ਪ੍ਰਗਟਾਉਣ ਲਈ ਉਹਨੂੰ ਐਨਕੋਡ ਕਰਦਾ ਹੈਗਾ ਕਿ ਕੀ ਮੈਂ ਭੇਜਣਾ ਹੈ ਟਰਾਂਸਮਿਟ ਫਿਰ ਉਹ ਸੰਦੇਸ਼ ਦਾ ਸੰਚਾਰਨ ਕਰਦਾ ਹੈ ਫਿਰ ਪ੍ਰਾਪਤ ਕਰਨ ਵਾਲਾ ਰਿਸਿਵਰ ਉਹਨੂੰ ਪ੍ਰਾਪਤ ਕਰ ਲੈਂਦਾ ਹੈ ਇਸ ਦਾ ਸੰਕੇਤਵਾਕ ਜਾਂ ਇਸ ਦਾ ਅਰਥ ਸਮਝਾਇਆ ਜਾਂਦਾ ਹੈ ਫਿਰ ਉਸ ਤੋਂ ਬਾਅਦ ਡੀਕੋਡਿੰਗ ਕੀਤੀ ਜਾਂਦੀ ਹੈ ਤੇ ਉਹਦਾ ਅਰਥ ਸਮਝਿਆ ਜਾਂਦਾ ਹੈ ਅਤੇ ਫਿਰ ਉਸ ਤੋਂ ਬਾਅਦ ਜਿਹੜਾ ਰਿਸਿਵਰ ਹੈਗਾ ਉਹ ਉਸ ਦਾ ਰਿਸਪੌਂਸ ਫੀਡਬੈਕ ਦਿੰਦਾ ਜਿਸ ਨੇ ਉਸ ਨੂੰ ਜਿਹੜਾ ਹੈ ਮੈਸੇਜ ਭੇਜਿਆ ਕਮਿਊਨੀਕੇਸ਼ਨ ਕਰੀ ਹੁੰਦੀ ਆ ਸੰਚਾਰ ਦੋਮੁਖੀ ਪ੍ਰਕਿਰਿਆ ਹੈ ਆਦਾਨ ਪ੍ਰਦਾਨ ਵਾਲੀ ਠੀਕ ਹੈ ਇੱਕ ਬੰਦਾ ਲਾਈਕ ਦੋ ਬੰਦਿਆਂ ਦੀ ਕਿਰਿਆ ਹੈਗੀ ਇੱਕ ਬੰਦਾ ਬੋਲਦਾ ਇੱਕ ਬੰਦਾ ਸੁਣਦਾ ਤੇ ਰਿਐਕਟ ਕਰਦਾ ਇਸ ਪ੍ਰਕਿਰਿਆ ਵਿੱਚ ਆਰੰਭ ਤੇ ਅੰਤ ਦੱਸਣਾ ਕਠਿਨ ਹੈ ਕਿਉਂਕਿ ਇਹ ਜਿਹੜਾ ਸੰਦੇਸ਼ ਦਾ ਜਵਾਬ ਕਿਸੇ ਨਾ ਕਿਸੇ ਤਰੀਕੇ ਦੁਆਰਾ ਦਿੱਤਾ ਜਾਂਦਾ ਹੈ ਜਾਂ ਉਸ ਦੇ ਜਵਾਬ ਚ ਹੋਰ ਪ੍ਰਤੀਕਿਰਿਆਵਾਂ ਪੈਦਾ ਕੀਤੀਆਂ ਜਾਂਦੀਆਂ ਸੇ ਬੋਮੂ ਕੀ ਹੁੰਦਾ ਹੈਗਾ ਅਤੇ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਕਿ ਉਚਿਤ ਟੰਗ ਦੇ ਨਾਲ ਜਿਹੜਾ ਹੈਗਾ ਯੋਜਨਾ ਦੇ ਵਿੱਚ ਕਮਿਊਨੀਕੇਸ਼ਨ ਹੋ ਜੇ ਪਰਪਸ ਕੀ ਹੁੰਦਾ ਹੈਗਾ ਕਮਿਊਨੀਕੇਸ਼ਨ ਦਾ ਪਰਪਸ ਹੁੰਦਾ ਹੈ ਕਿ ਇਹਦੇ ਵਿੱਚ ਕਿਉਂਕਿ ਆਪਾਂ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਗੱਲ ਕਰ ਰਹੇ ਹਾਂ ਸੰਗਠਨ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਕਮਿਊਨੀਕੇਸ਼ਨ ਕੀਤੀ ਜਾਂਦੀ ਹੈ ਯੋਜਨਾਵਾਂ ਨੂੰ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈਗਾ ਮਾਨਵੀ ਜਾਂ ਦੂਜੇ ਟੰਗ ਨੂੰ ਵੱਧ ਵੱਧ ਪ੍ਰਭਾਵਸ਼ਾਲੀ ਕਰਨ ਦੇ ਲਈ ਮਤਲਬ ਕਿ ਕੁਸ਼ਲ ਟੰਗ ਨਾਲ ਸੰਗਠਨ ਜਲਦੀ ਤਾਮੀ ਕਮਿਊਨੀਕੇਸ਼ਨ ਹੁੰਦੀ ਹੈ ਸੰਗਠਨ ਦੇ ਮੈਂਬਰਾਂ ਦੀ ਚੋਣ ਤੇ ਵਿਕਾਸ ਦਾ ਮੁਲਾਂਕਣ ਕਰਨ ਲਈ ਅਗਵਾਈ ਕਰਨ ਲਈ ਨਿਰਦੇਸ਼ਨ ਦੇਣ ਲਈ ਪ੍ਰੋਤਸਾਹਨ ਕਰਨ ਲਈ ਅਜਿਹੇ ਆਵਾਤਾਵਰਣ ਬਣਾ ਲਈ ਕਿ ਹਰੇਕ ਬੰਦਾ ਆਪਣੀ ਇੱਛਾ ਦੇ ਨਾਲ ਜਿਹੜਾ ਯੋਗਦਾਨ ਕੰਟ੍ਰਿਬਿਊਸ਼ਨ ਪਾਵੇ ਅੱਛਾ ਕੰਮ ਕਰੇ ਤਾਂ ਵੀ ਕਮਿਊਨੀਕੇਸ਼ਨ ਕੀਤੀ ਜਾਂਦੀ ਹੈ ਕਾਰਜ ਪ੍ਰਦਰਸ਼ਨ ਦੇ ਨਿਯੰਤਰਣ ਲਈ ਕਿ ਜਿਹੜਾ ਵੀ ਕੰਮ ਹੋ ਰਿਹਾ ਉਹਨੂੰ ਕੰਟਰੋਲ ਕਰਨ ਲਈ ਸੰਚਾਰ ਵਿਵਸਥਾ ਦੇ ਨਮੂਨੇ ਅਤੇ ਸੰਚਾਰ ਪ੍ਰਣਾਲੀ ਸੋ ਸੰਚਾਰ ਵਿਵਸਥਾ ਕਿੱਦਾਂ ਚੱਲਦੀ ਹੈ ਸੋ ਇਹਦੇ ਲਈ ਬਹੁਤ ਨਮੂਨੇ ਬਣਾਏ ਜਾਂਦੇ ਨੇ ਬੈਬਲਸ ਹੋ ਗਿਆ ਲੈਟਿਵ ਹੋ ਗਿਆ ਸ਼ਾਹ ਦੁਆਰਾ ਦੱਸੇ ਗਏ ਨਮੂਨੇ ਕਾਫੀ ਜਿਹੜੇ ਹੈਗੇ ਯੂਜ਼ ਕੀਤੇ ਜਾਂਦੇ ਨੇ ਅਤੇ ਇਹਨਾਂ ਨਮੂਨਿਆਂ ਅਤੇ ਸਮੂਹ ਦੇ ਕਾਰਜ ਪ੍ਰਦਰਸ਼ਨ ਦੇ ਰਵੱਈਏ ਵਿਚਕਾਰ ਸਬੰਧਾਂ ਦੇ ਮਾਮਲੇ 'ਵਲ ਧਿਆਨ ਦਿੱਤਾ ਜਾਂਦਾ ਹੈ ਸੋ ਇਹ ਜਿਹੜੇ ਨੇ ਇੱਕ ਤਰਫਾ ਸੰਚਾਰ ਪ੍ਰਣਾਲੀ ਮਤਲਬ ਕਿ ਇੱਕ ਤਰਫਾ ਕਮਿਊਨੀਕੇਸ਼ਨ ਹੋਵੇ ਤਾਂ ਕਰਕੇ ਹੈ ਦੋমুখী ਸੰਚਾਰ ਹੋਵੇ ਤਾਂ ਕਰਕੇ ਵੀ ਇਹ ਸਭ ਨੂੰ ਇੱਕੋ ਜਿਹਾ ਅਫਸਰ ਪ੍ਰਦਾਨ ਕਰਦੀ ਹੈ ਸੰਚਾਰ ਪ੍ਰਣਾਲੀ ਵਿੱਚ ਕੇਵਲ ਸਿਧਾਂਤਨ ਤੌਰ ਤੇ ਕੰਮ ਕੀਤੇ ਜਾਂਦੇ ਹਨ ਅੰਗਰੇਜ਼ੀ ਦੇ ਭਾਸ਼ਾ ਵਾਈ ਜਿਹੜਾ ਵਾਈ ਵਰਡ ਹੈਗਾ ਸੋ ਇਹਦਾ ਜਿਹੜਾ ਹੈ ਨਮੂਨਾ ਅਪਣਾਇਆ ਜਾਂਦਾ ਹੈ ਤਾਂਕਿ ਕੰਮ ਜਿਹੜਾ ਹੈ ਵਧੀਆ ਤਰੀਕੇ ਨਾਲ ਚੱਲੇ ਸੋ ਇਹ ਸੀਗਾ ਥੋੜਾ ਜਿਹਾ ਇਹਦਾ ਕੀ ਕਿਦਾਂ-ਕਿਦਾਂ ਕਮਿਊਨੀਕੇਸ਼ਨ ਹੁੰਦੀ ਹੈ ਸਮੱਸਿਆਵਾਂ ਜਿਹੜੀਆਂ ਆਉਂਦੀਆਂ ਨੇ ਸਭ ਤੋਂ ਪਹਿਲਾ ਸਮੱਸਿਆ ਹੈਗੀ ਹੈ ਕਿ ਚਿੰਨਾਂ ਦੀ ਵਰਤੋਂ ਜਿਹੜੀ ਹੈਗੀ ਹੈ ਕਈ ਵਾਰ ਭੇਜੀ ਜਾਂਦੀ ਹੈ ਕਮਿਊਨੀਕੇਸ਼ਨ ਦੇ ਵਿੱਚ ਕੋਈ ਵੀ ਮੈਸੇਜ ਦੇਣਾ ਤਾਂ ਸਿੰਬਲ ਵਰਤੇ ਜਾਂਦੇ ਨੇ ਸੋ ਇਹਨਾਂ ਸਿੰਬਲਾਂ ਦਾ ਗਲਤ ਵੀ ਵਰਡ ਜਿਹੜਾ ਹੈਗਾ ਨਿਕਲ ਆਉਂਦਾ ਹੈ ਗਲਤ ਸ਼ਬਦ ਦੇ ਅਰਥ ਜਿਹੜੇ ਹੈਗੇ ਨਿਕਲ ਜਾਂਦੇ ਆ ਸੋ ਇਹ ਸੰਭਾਵਨਾ ਬਣੀ ਰਹਿੰਦੀ ਹੈ ਕਈ ਵਾਰ ਜਿਹੜਾ ਹੈ ਅਨੁਵਾਦ ਕਿਸੇ ਹੋਰ ਭਾਸ਼ਾ 'ਚ ਕੀਤਾ ਹੁੰਦਾ ਹੈ ਸੋ ਸਹੀ ਭਾਸ਼ਾ ਦਾ ਅਗਰ ਨਾ ਅਨੁਵਾਦ ਹੋਵੇ ਤਾਂ ਕਮਿਊਨੀਕੇਸ਼ਨ ਗਲਤ ਹੋ ਜਾਂਦੀ ਹੈ ਤੋ ਤੋੜ ਮਰੋੜ ਕੇ ਜਿਹੜਾ ਹੈ ਉਸ ਦਾ ਕਈ ਵਾਰ ਪੇਸ਼ ਕੀਤਾ ਜਾਂਦਾ ਤਾਂ ਕਮਿਊਨੀਕੇਸ਼ਨ ਖਰਾਬ ਹੋ ਜਾਂਦੀ ਹੈ ਓਕੇ ਟੈਕਨੀਕਲ ਵਰਡ ਅਗਰ ਯੂਜ਼ ਕੀਤੇ ਜਾਣ ਤਾਂ ਵੀ ਕਮਿਊਨੀਕੇਸ਼ਨ ਦੇ ਵਿੱਚ ਜਿਹੜਾ ਮੈਸੇਜ ਦੇਣਾ ਉਹ ਸਹੀ ਸਮਝ ਨਹੀਂ ਆਂਦਾ ਕਈ ਵਾਰ ਬੇਲੋੜੇ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸ ਦਾ ਕੋਈ ਮੈਸੇਜ ਕਮਿਊਨੀਕੇਸ਼ਨ ਨਾਲ ਸੰਬੰਧ ਨਹੀਂ ਹੁੰਦਾ ਤਾਂ ਵੀ ਜਿਹੜਾ ਹੈ ਕਮਿਊਨੀਕੇਸ਼ਨ ਖਰਾਬ ਹੋ ਜਾਂਦੀ ਹੈ ਕਈ ਵਾਰ ਸੰਦੇਸ਼ ਸਪਸ਼ਟ ਹੁੰਦਾ ਹੈ ਪਰ ਉਸ ਦੇ ਅੰਦਰਲਾ ਭਾਵ ਨਹੀਂ ਸਮਝਿਆ ਜਾਂਦਾ ਕਈ ਵਾਰ ਲਾਈਕ ਹੁਣ ਆਪਾਂ ਕਈ ਵਾਰ ਆਪਾਂ ਨੂੰ ਪੁੱਛਦੇ ਹਨ ਕਿ ਹਨਾ ਤੂੰ ਠੀਕ ਆ ਤਾਂ ਆਪਾਂ ਕਹਿੰਦੇ ਠੀਕ ਆ ਹੈਨਾ ਅਗਰ ਆਪਾਂ ਆਪਾਂ ਨੂੰ ਕੋਈ ਦੇਖੇਗਾ ਕਿ ਹਾਂ ਇਹਦੇ ਐਕਸਪ੍ਰੈਸ਼ਨਸ ਕੀ ਆ ਤੇ ਬੋਲ ਕੇ ਰਿਹਾ ਤਾਂ ਉਹ ਕਮਿਊਨੀਕੇਸ਼ਨ ਸਹੀ ਤਰੀਕੇ ਨਾਲ ਹੁੰਦਾ ਕਈ ਵਾਰ ਆਪਾਂ WhatsApp ਦੇ ਵਿੱਚ ਕਹਿੰਨੇ ਹਾਂ ਜੀ ਠੀਕ ਹਾਂ ਕਈ ਵਾਰ ਆਪਾਂ ਨਹੀਂ ਠੀਕ ਹੁੰਦੇ ਹੈਗੇ ਕਿਉਂਕਿ ਆਪਣੀਆਂ ਫੀਲਿੰਗਸ ਕੁਝ ਹੋਰ ਹੁੰਦੀਆਂ ਨੇ ਸੋ ਐਦਾਂ ਜਿਹੜਾ ਹੈ ਮੈਸੇਜ ਗਲਤ ਚਲ ਜਾਂਦਾ ਕਿ ਹਾਂ ਇਹ ਤਾਂ ਓਬਵੀਅਸ ਠੀਕ ਆ ਲੇਕਿਨ ਕਈ ਵਾਰ ਆਪਾਂ ਠੀਕ ਹੈ ਗਲਤ ਵੀ ਨਾਲ ਕਹਿੰਨੇ ਆ ਕਈ ਵਾਰ ਸਹੀ ਵੀ ਨਾਲ ਕਹਿੰਨੇ ਆ ਸੋ ਇਹਦੇ ਨਾਲ ਜਿਹੜਾ ਹੈ ਕਹਿਣ ਦਾ ਮਤਲਬ ਕਿ ਸਿੰਬਲ ਦੇ ਨਾਲ ਹਨਾ ਬਾਡੀ ਲੈਂਗੁਏਜ ਦੇ ਨਾਲ ਅਤੇ ਜੋ ਕਮਿਊਨੀਕੇਟ ਕਰਨਾ ਚਾਹੁੰਦੇ ਸਾਰਿਆਂ ਦੇ ਮਿਕਸਡ ਅਪ ਦੇ ਨਾਲ ਆ ਜਾਇਆ ਸਹੀ ਤਰੀਕੇ ਨਾਲ ਕਮਿਊਨੀਕੇਸ਼ਨ ਹੁੰਦਾ ਹੈ ਸੋ ਕਈ ਵਾਰ ਕੀ ਹੁੰਦਾ ਹੈ ਅਰਥ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਦੀ ਮਨੋਵਿਗਿਆਨਿਕ ਸਥਿਤੀ ਜਿਹੜੀ ਹੈ ਉਹ ਵੀ ਅਸਰ ਪਾਉਂਦੀ ਹੈ ਹੁਣ ਜਿਵੇਂ ਮੈਂ ਕਹਿ ਕੇ ਹਟੀਆਂ ਕਿ ਮੈਂ ਠੀਕਾਂ ਵਾਂ ਠੀਕਾ ਲੇਕਿਨ ਮੈਂ ਹੁਆ ਸਹੀ ਨਾ ਪਰ ਤੁਹਾਨੂੰ ਲੱਗੇ ਕਿ ਮੈਂ ਤਾਂ ਬਿਲਕੁਲ ਠੀਕਾਂ ਲੇਕਿਨ ਜਦੋਂ ਤੁਸੀਂ ਮੇਰੇ ਸਾਹਮਣੋਂ ਅਮੋ ਸਾਹਮਣੇ ਹੋਵੇਂ ਔਰ ਮੈਂ ਆਪਣੇ ਐਕਸਪ੍ਰੈਸ਼ਨ ਦਿਵਾਣਾ ਕਿ ਮੈਂ ਠੀਕ ਠੀਕਾਂ ਤਾਂ ਤੁਸੀਂ ਮੇਰੇ ਬਾਡੀ ਲੈਂਗੁਏਜ ਨੂੰ ਦੇਖ ਕੇ ਕਿ ਮੈਂ ਮ ਠੀਕ ਨਹੀਂ ਹ ਸੋ ਇਸ ਤਰ੍ਹਾਂ ਜਿਹੜਾ ਹੈਗਾ ਕਈ ਵਾਰ ਮਨੋਵਿਗਿਆਨਿਕ ਸਥਿਤੀ ਵੀ ਪ੍ਰਭਾਵ ਪਾਉਂਦੀ ਹੈ ਕਈ ਵਾਰ ਜਿਹੜਾ ਹੈ ਮੈਸੇਜ ਸਮਝਿਆ ਹੀ ਨਹੀਂ ਚੰਗੀ ਤਰ੍ਹਾਂ ਜਾਂਦਾ ਅਤੇ ਫੈਸਲੇ ਲੈ ਲਏ ਜਾਂਦੇ ਨੇ ਸੋ ਇਸ ਤੋਂ ਬਾਅਦ ਤਾਂ ਕਈ ਵਾਰ ਸਰੀਰਕ ਤੌਰ ਤੇ ਤਾਂ ਸੰਦੇਸ਼ ਨੂੰ ਸੁਣ ਰਹੇ ਹੁੰਨੇ ਆ ਪਰ ਵਾਸਤਵਿਕ ਚ ਉਹ ਕੁਝ ਹੋਰ ਸੋਚ ਰਹੇ ਹੁੰਨੇ ਆ ਸੋ ਤਾਂ ਕਰਕੇ ਵੀ ਜਿਹੜਾ ਹੈਗਾ ਕਮਿਊਨੀਕੇਸ਼ਨ ਨਹੀਂ ਹੁੰਦਾ ਸੂਚਨਾ ਨੂੰ ਲਾਪਰਵਾਹੀ ਦੇ ਨਾਲ ਕਈ ਵਾਰ ਲਿਆ ਜਾਂਦਾ ਸੋ ਤਾਂ ਵੀ ਜਿਹੜਾ ਹੈ ਕਮਿਊਨੀਕੇਸ਼ਨ ਨਹੀਂ ਹੁੰਦਾ ਅਤੇ ਕਈ ਵਾਰ ਕੀ ਹੁੰਦਾ ਰਵਈਆ ਜਿਹੜਾ ਹੁੰਦਾ ਹੈ ਬਹੁਤ ਹੀ ਜ਼ਿਆਦਾ ਅਜੀਬ ਹੁੰਦਾ ਸੋ ਤਾਂ ਕਰਕੇ ਜਿਹੜਾ ਹੈਗਾ ਚੋਦਰ ਬਣਾਉਣ ਵਾਲੇ ਲੋਕ ਹੁੰਦੇ ਆ ਕਹਿੰਦਾ ਮਤਲਬ ਤਾਂ ਉਹ ਕਮਿਊਨੀਕੇਸ਼ਨ ਨਹੀਂ ਸਹੀ ਹੁੰਦਾ ਸੋ ਅਗਰ ਅਸੀਂ ਕੀ ਹੈਗਾ ਉੱਚ ਅਧਿਕਾਰੀ ਨੂੰ ਸੂਚਨਾ ਵਾਕਾਂ ਦਿਸ਼ਾਵਾਂ ਵਿੱਚ ਭੇਜੇ ਜਾਂਦੀਆਂ ਤੇ ਉਹ ਲਾਬਾਂ ਤੋਂ ਵਕਫ ਨਹੀਂ ਹੁੰਦੇ ਤਾਂ ਵੀ ਕਮਿਊਨੀਕੇਸ਼ਨ ਜਿਹੜੀ ਹੁੰਦੀ ਹੈ ਖਰਾਬ ਹੋ ਜਾਂਦੀ ਹੈ ਸੋ ਐਦਾਂ ਜਿਹੜਾ ਹੈਗਾ ਅ ਪ੍ਰੋਸਾਹਨ ਦੀ ਕਾਰਡ ਦੇ ਨਾਲ ਵੀ ਸੂਚਨਾਵਾਂ ਤੋਂ ਪਰਹੇਜ਼ ਲੋਕ ਕਰਦੇ ਸੋ ਕਮਿਊਨੀਕੇਸ਼ਨ ਸਹੀ ਨਹੀਂ ਹੋਊਗੀ ਤਾਂ ਕਿੱਦਾਂ ਇਹਨੂੰ ਕੰਟਰੋਲ ਕੀਤਾ ਜਾਂਦਾ ਹੈ ਤਾਂ ਵਧੀਆ ਪ੍ਰਭਾਵਸ਼ਾਲੀ ਕਮਿਊਨੀਕੇਸ਼ਨ ਕੀਤਾ ਜਾਂਦਾ ਹੈ ਪਹਿਲਾਂ ਤਾਂ ਜਿਹੜਾ ਵੀ ਅਸੀਂ ਸੰਦੇਸ਼ ਪਹੁੰਚਣਾ ਹੈ ਬਿਲਕੁਲ ਸਪਸ਼ਟ ਹੋਣਾ ਚਾਹੀਦਾ अनुभव ਦੇ ਅਕੋਰਡਿੰਗ ਹੋਣਾ ਚਾਹੀਦਾ ਹੈ ਗਲਤ ਫਹਿਮੀਆਂ ਤੋਂ ਬਚਣਾ ਚਾਹੀਦਾ ਹੈਗਾ ਅਤੇ ਹਰੇਕ ਸੰਗਠਨ ਵਿੱਚ ਸੰਚਾਰ ਦੀ ਵਿਵਸਥਾ ਹੋਣੀ ਚਾਹੀਦੀ ਹੈ ਪ੍ਰਾਪਤ ਕਰਨ ਵਾਲੇ ਤੇ ਭੇਜਣ ਵਾਲੇ ਦੇ ਵਿੱਚ ਸੰਦੇਸ਼ ਸਹੀ ਸਮੇਂ ਤੇ ਦੇਣਾ ਚਾਹੀਦਾ ਹੈ ਅਤੇ ਮਤਲਬ ਕਿ ਅ ਚੰਗੀ ਤਰ੍ਹਾਂ ਸਮਝ ਦੇ ਨਾਲ ਭੇਜਣਾ ਚਾਹੀਦਾ ਹੈ ਚੰਗੇ ਕੰਮ ਜਿਹੜੇ ਹੈਗੇ ਨੇ ਉਹਦੇ ਵਿੱਚ ਦਿਖਾਉਣੇ ਚਾਹੀਦੇ ਨੇ ਸੋ ਇਸ ਤਰ੍ਹਾਂ ਜਿਹੜਾ ਹੈਗਾ ਸੰਚਾਰ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਹੈ ਹਰ ਇੱਕ ਨੁਕਤੇ ਨੂੰ ਜਿਹੜਾ ਹੈਗਾ ਜ਼ੋਰਦਾਰ ਬਣਾਉਣ ਦੇ ਅਮਲ ਕਰਨਾ ਚਾਹੀਦਾ ਹੈਗਾ ਉੱਚ ਅਧਿਕਾਰੀ ਨੂੰ ਯੋਗਤਾ ਅਨੁਸਾਰ ਇਹ ਕੰਮ ਦਰਸਾਉਣਾ ਚਾਹੀਦਾ ਹੈ ਕਿ ਇਹ ਭਰੋਸਾ ਕਰਨ ਦੇ ਯੋਗ ਹਨ ਜਾਂ ਨਹੀਂ ਪ੍ਰਭਾਵਸ਼ਾਲੀ ਸੰਚਾਰ ਦਾ ਮਹੱਤਵਪੂਰਨ ਤੱਤ ਕੀ ਹੈ ਭੇਜਣ ਵਾਲਾ ਪ੍ਰਾਪਤ ਕਰਨ ਵਾਲਾ ਚੰਗੇ ਸਰੋਤਾ ਹੋਣ ਚਾਹੀਦੇ ਹਨ ਸੋ ਇਹ ਸੀਗਾ ਅੱਜ ਦਾ ਵੀਡੀਓ ਮਿਲਦੇ ਨਵੇਂ ਵੀਡੀਓ ਦੇ ਨਾਲ ਧੰਨਵਾਦ